ਆਜ ਮੇਰ ਸਿੰਘ ਮੈਂ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਪਿੰਡ ਕੋਠੇਰਾਲਾ ਦਾ ਠੀਕ ਹੈ ਇਹ ਜਿਹੜੀ ਵੈਰਾਈਟੀ ਵਿਜੇਤਾ ਵਾ ਬਹੁਤ ਹੀ ਵਧੀਆ ਕਿਸਾਨਾਂ ਲਈ ਬਹੁਤ ਲਾਹੇਵੰਦ ਹੁੰਦਾ ਹੈ ਠੀਕ ਹੈ ਤੇ ਅਸੀਂ ਵੀ ਮੈਂ ਵੀ ਆਪ ਖੁਦ ਵੀ 15 ਕਿਲੇ ਦੀ ਖੇਤੀ ਇਹਦੀ ਲੋਕ ਕਰਨੀ ਹੈ ਬਜਾਈ ਠੀਕ ਹੈ ਇਹ ਬਲਦੇਵ ਸਿੰਘਾਂ ਤੋਂ ਦੇਖ ਕੇ ਅਸੀਂ 2-3 ਸਾਲ ਹੋ ਗਏ ਨੇ ਇਹਨਾਂ ਨੂੰ ਦੇਖਦਿਆਂ ਨੂੰ ਬੜੀ ਵਧੀਆ ਜੀ ਵੈਰਾਈਟੀ ਜਿਹੜੀ ਆ ਕਿ ਵੱਖਰੀ ਹੋ ਖੜੀ ਹੁੰਦੀ ਆ ਅਸੀਂ ਸਪਰੇਹਾਂ ਕਰਦੇ ਆ ਦੂਜੇ ਬੀਜਾਂ ਤੇ ਪਰ ਇਹ ਬਗੈਰ ਸਪਰੇ ਦੇ ਰਹਿਤ ਬਹੁਤ ਘੱਟ ਚਾਣਸ ਆ ਵੀ ਇਹਨੂੰ ਜਿਹੜੀ ਅਸੀਂ ਪੀੜਾ ਰੋਗਾ ਉਹ ਜਾਂ ਕੀਟਨਾਸ਼ਕ ਦਵਾਈਆਂ ਨਹੀਂ ਆਪਾਂ ਵਰਤਦੇ ਆ ਵੀ ਉਹ ਵੀ ਬਹੁਤ ਘੱਟ ਵਰਤਨੇ ਆ ਬਈ ਇਹ ਤਾਂ ਇਹ ਸਪਰੇਆਂ ਦਾ ਕੋਈ ਬੜਾ ਖਰਚਾ ਨਹੀਂ ਕਰਨਾ ਪੈਂਦਾ ਜਿਵੇਂ ਕੋਈ ਫੰਗੀ ਸੈਡ ਸਪਰੇਅ ਹੋ ਗਈ ਹੈ ਨਾ ਦੇਖੋ ਜੀ ਉਹ ਆਪਰੇ ਮਾਨ ਦੇ ਮੁਤਾਬਕ ਫੰਗੀ ਸੈਡ ਕਰ ਲਓ ਪਰ ਪਿਛਲੇ ਸਾਲ ਤਾਂ ਜੀ ਐ ਹੋਈ ਵੀ ਲੇਟ ਹੋ ਗਈ ਬਹੁਤ بارش ਕਰਕੇ ਅੱਛਾ ਹਾਂ ਅਸੀਂ ਕਹਾਂ ਵੀ ਛਾੜ ਨਹੀਂ ਦੇਣਾ ਮੇਰਾ ਖਿਆਲ ਆ ਵੀ 60 ਤੋਂ 62 ਦਿਨਾਂ ਚ ਵੱਢ ਲਈ ਸੀ ਐਡ ਹੋ ਗਏ ਹੋਗੇ ਹਾਂ ਤੇ ਮੂੰਗੀ ਸਾਰੇ ਸਾਲਾਂ ਦਾ ਬਹੁਤ ਸੋਹਣੀ ਨਿਕਲੀ ਸੀ ਠੀਕ ਹੈ ਇੱਕ ਦੰਫਾ ਲ ਆਇਆ ਠੀਕ ਹੈ ਇੱਕ ਬਰੋਬਰ ਫਲੀਆਂ ਆਈਆਂ ਕਮਾਈ ਨੂੰ ਵਢਾਈ ਠੀਕ ਹੈ ਤੇ ਰੇਟ ਸਾਢੇ 68 ਤਿਆਂ ਜਿਹੜੇ ਜਾਨਾ ਮੇਰਾ 150 ਰੁਪਇਆ ਢੇਰੀ ਵੱਧ ਲੱਗੀ ਠੀਕ ਹੈ ਹਾਂ ਜੀ ਕਿਉਂ ਜਗਰਾਉਂ ਉਹ 8000 ਤੋਂ ਥੱਲੇ ਸੀਗੀ 8000 ਤੋਂ ਥੱਲੇ ਸੀ ਮੇਰੇ ਕੋਲੇ ਪਰਚੀਆਂ ਪਈਆਂ 8500 ਰੁਪਇਆ ਤੁਸੀਂ ਸ੍ਰੀ ਰਾਮ ਪ੍ਰਾਈਵੇਟ ਸੀਡਜ਼ ਕੰਪਨੀ ਦਾ ਜਿਹੜਾ ਬਜੇਤਾ 22B ਆ ਉਹ ਵਰਤ ਸਕਦੇ ਹੋ ਕਿਉਂ ਪ੍ਰਭੂ ਆਪਣੇ ਕਿਸਾਨ ਵੀਰ ਵਰਤ ਸਕਦੇ ਆ ਨਾ ਬਾਈ ਬਹੁਤ ਵਧੀਆ ਬੀ ਆ ਇਹਨੂੰ ਵਰਤ ਸਕਦੇ ਇਹਨੂੰ ਵਰਤ ਸਕਦੇ ਹੋ ਬਾਈ ਜੇ ਤਾਂ ਇਹਨੂੰ 60 ਤੋਂ 60 50 ਡੇਨ ਉਹ ਕਰਨੇ ਆ ਤਾਂ ਬਾਈ ਕਹਿੰਦਾ ਮੈਂ 1.5 ਕੁਇੰਟਲ ਝਾੜ ਕੱਢਿਆ ਤੇ ਜੇ ਤੁਸੀਂ ਉਦੋਂ ਥੋੜਾ ਜਿਆਦਾ ਵੱਧ ਸਮਾਂ ਲੈ ਜਾਓਗੇ ਤਾਂ ਬਾਈ ਤੁਸੀਂ ਇਹਦਾ 12 ਤੋਂ 13 ਕੁਇੰਟਲ ਝਾੜ ਵੀ ਵੱਧ ਮਿਲੂਗਾ ਤੁਹਾਨੂੰ ਹਾਂਜੀ ਭਰਾਵੋ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਿ ਸੇਕਾਲ ਮੈਂ ਥੋੜਾ ਆਪਣਾ ਸੁਖੀ ਸ਼ੇਰਗਿਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਤੇ ਭਰਾਵੋ ਅੱਜ ਮੈਂ ਜਗਰਾਉਂ ਦੇ ਵਿੱਚ ਬੈਠਾ ਜਿੱਥੇ ਕਿ ਰਾਲਾਂ ਦੇ ਕੋਠੇ ਨੇਗੇ ਤੇ ਆਹ ਸਾਰੇ ਫਾਰਮਰ ਕਿਸਾਨ ਭਰਾ ਮੇਰੇ ਨਾਲ ਬੈਠੇ ਨੇ ਅੱਜ ਮੈਂ ਤੁਹਾਨੂੰ ਮੂੰਗੀ ਦੀ ਇੱਕ ਕਿਸਮ ਬਾਰੇ ਜਾਣਕਾਰੀ ਦੰਨਾ ਜਿਹੜੀ ਆਪਾਂ ਕਹਿ ਦਈਏ ਵੀ ਮੇਰੇ ਲਈ ਮੈਂ ਨਵੀਂ ਕਿਸਮ ਕਹਿ ਸਕਦਾ ਕਿਉਂ ਸਾਡੇ ਵਾਲੇ ਏਰੀਏ ਦੇ ਵਿੱਚ ਤੇ ਬਹੁਤ ਘੱਟ ਲੋਕਾਂ ਨੂੰ ਪਤਾ ਪਰ ਜਿਹੜਾ ਜਗਰਾਉਂ ਵਾਲਾ ਏਰੀਆ ਇਹ ਸੋਨੂੰ ਪਤਾ ਮੂੰਗੀ ਦੀ ਹੱਬ ਹੈ ਇੱਥੇ ਨਾ ਕਿਸਾਨ ਵੀਰ ਲਾਉਂਦੇ ਆ ਜਿਵੇਂ ਆ ਸਾਰਾ ਤੁਸੀਂ ਦੇਖਣ ਵਾਲੂਆਂ ਵਾਲਾ ਬਾਹਣਾਗਾ ਇਧਰਲੇ ਪਾਸੇ ਦਿਖਾ ਦੇ ਬਾਈ ਤੇ ਜਿਵੇਂ ਆ ਸਾਰੇ ਆਲੂ ਵਾਲੇ ਬਾਹਣ ਨੇਗੇ ਇਹਨਾਂ ਦੇ ਵਿੱਚ ਲੋਕ 15-15 20-20 ਕਿੱਲੇ 10-10 ਕਿੱਲੇ ਜਾਂ ਜਿੰਨਾ ਵੀ ਆਪਾਂ ਕਹਿ ਦਈਏ ਵੀ ਇਧਰਲੇ ਏਰੀਏ ਚ ਲੋਕਾਂ ਕੋਲੇ ਜ਼ਮੀਨਾਂ ਵੀ ਖੁੱਲੀਆਂ ਨੇ ਤੇ ਆਲੂ ਵਾਲੇ ਬਾਹਣਾ ਦੇ ਵਿੱਚ ਉਸ ਤੋਂ ਬਾਅਦ ਮੂੰਗੀ ਲਾਉਂਦੇ ਆਗੇ ਸ੍ਰੀ ਰਾਮ ਪ੍ਰਾਈਵੇਟ ਸੀਡਜ਼ ਲਿਮਟਿਡ ਲਿਮਟਿਡ ਦੀ ਜਿਹੜੀ ਵੈਰੈਟੀ ਦਾ ਨਾਮ ਆਗਾ ਬਜੇਤਾ 26 ਦੇ ਨਾਮ ਤੇ ਇਹ ਵੈਰੈਟੀ ਆਉਂਦੀ ਆ ਇਹਦੇ ਵਿੱਚ ਸਭ ਤੋਂ ਵੱਧ ਖਾਸੀਅਤ ਕੀ ਆ ਵੀ ਕੰਪਨੀ ਦਾ ਨਾ ਇਹਨੂੰ ਸੀਡ ਟ੍ਰੀਟਮੈਂਟ ਕਰਿਆ ਹੁੰਦਾਗਾ ਜਿਵੇਂ ਆਪਾਂ ਕਹਿੰਦੇ ਆ ਵੀ ਬੀਜ ਨੂੰ ਦਵਾਈ ਲੱਗੀ ਹੁੰਦੀ ਆ ਨਾ ਤਾਂ ਉਹ ਬੀਜ ਨੂੰ ਬੀਜਣ ਤੋਂ ਬਾਅਦ ਵੀ ਕੋਈ ਕੀੜਾ ਕਪਟਾ ਪਵੇ ਤੇ ਇਕੱਲਾ-ਇਕੱਲਾ ਦਾਣਾਗਾ ਜਿਹੜਾ ਜਰਮੀਨੇਸ਼ਨ ਆ ਗਈ ਆਪਾਂ ਕਹਦੀਏ ਇਹਦੀ 100% ਵਾਂਗੂ ਹੀ ਹੋ ਜਾਂਦੀ ਆ ਕਿ ਬਹੁਤ ਸੋਹਣੀ ਜਿਹੜੀ ਇਹਦੀ ਜਰਮੀਨੇਸ਼ਨ ਆ ਗਈ ਉਹ ਹੁੰਦੀ ਆਗੀ ਜਿਸ ਨਾਲ ਇਹਦੇ ਵਿੱਚ ਕੀ ਹੁੰਦਾ ਵੀ ਕਿਸੇ ਤਰ੍ਹਾਂ ਦਾ ਰੋਗ ਨਹੀਂ ਆਉਂਦਾ ਜਦੋਂ ਆਪਾਂ ਜਿਹੜਾ ਇਹਨੂੰ ਸੀਡ ਟ੍ਰੀਟਮੈਂਟ ਕਰਿਆ ਹੋਊ ਨਾ ਤਾਂ ਇਹਦੇ ਵਿੱਚ ਕੋਈ ਰੋਗ ਨਹੀਂ ਆਉਂਦਾ ਇਹਦੇ ਵਿੱਚ ਕੀ ਹੈ 1 ਕਿੱਲੇ ਦੇ ਵਿੱਚ ਜੇਕਰ ਆਪਾਂ ਬੀਜ ਦੀ ਗੱਲ ਕਰੀਏ ਵੀ ਕਿੰਨਾ ਬੀਜ ਪੈਂਦਾ ਤਾਂ ਤੁਸੀਂ 14 ਤੋਂ 16 ਕਿਲੋ ਜਿਹੜਾ ਇਹਦਾ ਬੀਜ ਆ ਉਹ 1 ਕਿੱਲੇ ਦੇ ਵਿੱਚ ਪਊਗਾ ਮਤਲਬ ਉਹਨੂੰ ਆਪਾਂ ਜਿਵੇਂ ਕਹਿ ਦਈਏ ਵੀ ਜਿਹੜੀਆਂ ਆਪਣੀਆਂ ਭਾਰੀਆਂ ਜ਼ਮੀਨਾਂ ਨੇ ਹਨਾ ਉੱਥੇ 14 ਕਿਲੋ ਪਾਈ ਜਾਂਦਾ ਜਿਹੜੀ ਕੋਈ ਥੋੜੀ-ਮੋਟੀ ਆਪਾਂ ਕਹਿ ਦਈਏ ਵੀ ਉਹ ਤੋਂ ਹਲਕੀ ਹੁੰਦੀ ਆ ਉੱਥੇ 16 ਕਿਲੋ ਵਾਂਗੂ ਪਾਈ ਜਾਂਦਾ ਵੀ 14 ਤੋਂ 16 ਕਿਲੋ ਜਿਹੜਾ ਵੀ ਆ ਉਹ ਤੁਸੀਂ ਪਾ ਸਕਦੇ ਹੋ ਤੇ ਇੱਕ ਕੀ ਹੁੰਦਾ ਵੀ ਕਈ ਵਾਰ ਨਾ ਇਹਨਾਂ ਦੇ ਵਿੱਚ ਸਮੱਸਿਆ ਆ ਜਾਂਦੀ ਆ ਰਸ ਚੂਸ ਕੇ ਕੀੜਿਆਂ ਦੀ ਆਪਾਂ ਕਹਿੰਦੇ ਵੀ ਆ ਰਸ ਚੂਸਣ ਵਾਲੇ ਕੀੜੇ ਆ ਗਏ ਤਾਂ ਜਿਹੜੀ ਇਹ ਵਿਜੇਤਾ 26 ਵੈਰਾਈਟੀ ਆ ਗਈ ਇਹਦੇ ਵਿੱਚ ਇਹਦੇ ਪੱਤੇ ਜਿਹੜੇ ਖੁਰਦਰੇ ਹੋਣ ਕਾਰਨ ਇਹਨੂੰ ਕੋਈ ਸਮੱਸਿਆ ਨਹੀਂ ਆਉਂਦੀ ਹੈਗੀ ਰਸ ਚੂਸ ਕੇ ਕੀੜਿਆਂ ਦੀ ਤੇ ਉਸ ਤੋਂ ਬਾਅਦ ਜਦੋਂ ਜਿਹੜੀ ਇਹਨੂੰ ਫਲਾਵਰਿੰਗ ਹੋਣ ਲੱਗਦੀ ਆ ਆਪਾਂ ਕਹਿੰਦੇ ਇਹ ਫੁੱਲਾਂ ਤੇ ਆ ਤਾਂ ਇਹ ਵੈਰੈਟੀ 35 ਤੋਂ 40 ਦਿਨਾਂ ਦੇ ਵਿੱਚ ਇਹਦੇ ਜਿਹੜੇ ਫੁੱਲਣਗੇ ਉਹ ਸ਼ੁਰੂ ਹੋ ਜਾਂਦੇ ਹੈਗੇ ਤੇ ਬਜੇਤਾ 26 ਜਿਹੜੀ ਸ੍ਰੀਰਾਮ ਪ੍ਰਾਈਵੇਟ ਸੀਡਿਜ਼ ਲਿਮਟਿਡ ਦੀ ਵੈਰੈਟੀ ਹੈਗੀ ਇਹਦੇ ਵਿੱਚ ਗੁੱਸੇਦਾਰ ਫਲੀਆਂ ਲੱਗਦੀਆਂ ਨੇ ਤੇ ਹਰੇਕ ਬੂਟੇ ਨੂੰ 110 ਤੋਂ 130 ਜਿਹੜੀਆਂ ਫਲੀਆਂ ਲੱਗਦੀਆਂ ਨੇ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਵੀ ਵੀ ਮੂੰਗੀ ਦਾ ਬੂਟਾ ਗੁੱਛਿਆਂ ਨਾਲ ਭਰਿਆ ਪਿਆ ਹਨਾ ਤੇ ਹਰੇਕ ਬੂਟੇ ਤੇ 110 ਤੋਂ 130 ਨੇ ਜਿਹੜੀਆਂ ਫਲੀਆਂ ਲੱਗਦੀਆਂ ਨੇ ਤੇ ਹਰੇਕ ਫਲੀ ਦੇ ਵਿੱਚ 12 ਤੋਂ 15 ਦਾਣੇ ਹੁੰਦੇ ਨੇ ਤੇ ਦਾਣਿਆਂ ਦੀ ਕੁਆਲਿਟੀ ਇੰਨੀ ਵਧੀਆ ਹੁੰਦੀ ਆ ਚਮਕਦਾਰ ਹੁੰਦੀ ਆ ਕਿ ਵੀ ਮੰਡੀ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਨਾ ਤੇ ਇੱਕ ਤਾਂ ਐਮਐਸਪੀ ਤੇ ਚੀਜ਼ ਵੇਚਦੀ ਹੁੰਦੀ ਹੈਗੀ ਇੱਕ ਜਦੋਂ ਉੱਥੇ ਬੋਲੀ ਲੱਗਦੀ ਹੁੰਦੀ ਆ ਅਗਲਾ ਕਹਿੰਦਾ ਵੀ ਯਾਰ ਆਹ ਚੀਜ਼ ਬੜੀ ਵਧੀਆ ਵੀ ਇਹਨੂੰ ਕਿਤੇ ਫੜਾਣਾ ਬੰਦਾਂ ਨਾਲ ਖਰੀਦ ਲੈ ਫੜਾਣਾ ੜਤੀ ਨਾਲ ਖਰੀਦ ਲੈ ਤਾਂ ਕਿਸਾਨ ਵੀਰ ਤੋਂ ਸੁਣ ਦੱਸਣਗੇ ਕਹਿੰਦੇ 2-200 ਰੁਪਇਆ 150 2200 ਰੁਪਿਆ ਰੇਟ ਇਹਦਾ ਕੁਆਂਟਲ ਮਗਰ ਵੱਧ ਲੱਗਦਾ ਰਹੇਗਾ ਵੀ ਇਹਦੇ ਮੋٹے ਤੇ ਚਮਕੀਲੇ ਦਾਣੇ ਹੋਣ ਦੇ ਕਾਰਨ ਵੀ ਜਿਹੜੀ ਇਹਦੀ ਕੁਆਲਿਟੀ ਹੈਗੀ ਉਹ ਬਹੁਤ ਵਧੀਆ ਜਿਹੜੀ ਬਜੇਤਾ ਸਬੀ ਦੀ ਵੈਰਾਈਟੀ ਆ ਗਈ ਇਹ ਪੱਕਣ ਤੋਂ ਬਾਅਦ ਜਿਵੇਂ ਐ ਹੁੰਦਾ ਵੀ ਝੜਨ ਲੱਗ ਜਾਂਦੀ ਹੈ ਹਨਾ ਉਵੇਂ ਝੜਦੀ ਨਹੀਂ ਹੈਗੀ ਤੇ ਇਹਨੂੰ ਤੁਸੀਂ ਜਿਹੜੀ ਇਹਦੀ ਬਾਢੀ ਆ ਉਹ ਕੰਬਾਈਨ ਨਾਲ ਹੋ ਜਾਂਦੀ ਹੈ ਨਹੀਂ ਆਪਾਂ ਨੂੰ ਆਮ ਕੀ ਹੁੰਦਾ ਵੀ ਜਾਂ ਆ ਬੰਦਾ ਕਹਿੰਦਾ ਵੀ ਯਾਰ ਫੜੀਆਂ ਤੜਵਾਲੋ ਹਨਾ ਜਾਂ ਫਿਰ ਉਹਨੂੰ ਵੱਢ ਕੇ ਉਦੋਂ ਬਾਅਦ ਹੜੰਬੇ ਰਾਹੀਂ ਕੱਢ ਲਓ ਪਰ ਇਹਨੂੰ ਤੁਸੀਂ ਇਹ 62 ਤੋਂ 65 ਦਿਨਾਂ ਦੀ ਵੈਰਾਈਟੀ ਆ ਗਈ ਇਹਨੂੰ ਤੁਸੀਂ ਕਿਵੇਂ ਮਰਜੀ ਜਿਹੜੀ ਆਪਣੀ ਮਸ਼ੀਨ ਹੁੰਦੀ ਹੈਗੀ ਕੰਬਾਈਨ ਸੈਲਫ ਕੰਬਾਈਨ ਜਿਹਨੂੰ ਕਹਿੰਦੇ ਆ ਉਹਦੇ ਨਾਲ ਆਪਾਂ ਇਹਨੂੰ ਕੱਢ ਸਕਦੇ ਆ ਇਹ ਕਿਸਮ ਦੇ ਬੀਜ ਦੀ ਸਭ ਤੋਂ ਵਧੀਆ ਖਾਸੀਅਤ ਕੀ ਹੈ ਵੀ ਵਿਜੇਤਾ ਸਬਜ਼ੀ ਦੀ ਸਭ ਤੋਂ ਵਧੀਆ ਖਾਸੀਅਤ ਇਹ ਹੈਗੀ ਇਦੇ ਵਿੱਚ ਨਾ ਇੱਕ ਮੂੰਗੀ ਦੇ ਵਿੱਚ ਇੱਕ ਪੀਲਾ ਮਜੇਕ ਰੋਗ ਆ ਜਾਂਦਾ ਜਿਹਨੂੰ ਜੈਲੋ ਮਜੇਕ ਰੋਗ ਕਹਿੰਦੇ ਆਗੇ ਤੇ ਉਹ ਤਾਂ ਨਹੀਂ ਬਾਈ ਤੁਹਾਡੇ ਕਿਸੇ ਸਮੱਸਿਆ ਤਾਂ ਨਹੀਂ ਆਈ ਉਹਦੀ ਨਹੀਂ ਜੀ ਠੀਕ ਹੈ ਵੀ ਜਿਹੜਾ ਪੀਲਾ ਮਜੇਕ ਰੋਗ ਹੁੰਦਾ ਉਹਦੀ ਸਮੱਸਿਆ ਨਹੀਂ ਆਉਂਦੀ ਹੈਗੀ ਤੇ ਉਸ ਤੋਂ ਬਾਅਦ ਜਿਹੜੀ ਬਜੇਤਾ ਸਬੀ ਆ ਇਹ ਪੂਰਾ ਫੁੱਲ ਵਧੀਆ ਭਰਾਵੋ ਬੂਟਾ ਮਾਰਦੀ ਆ ਤੇ ਇਹਦਾ ਪੂਰਾ ਫੁੱਲ ਫਲਾਉ ਹੁੰਦਾ ਤੇ ਇਹਦਾ ਜਿਹੜਾ ਬੂਟਾ ਹੈਗਾ ਇੱਕ ਬੂਟੇ ਦਾ ਕੱਦ 70 ਤੋਂ 80 ਸੈਂਟੀਮੀਟਰ ਤੱਕ ਬੂਟੇ ਦਾ ਕੱਦ ਹੁੰਦਾ ਹੈਗਾ ਜਿਹਦੇ ਕਾਰਨ ਇਹਨੂੰ ਆਪਾਂ ਕਹਦੇ ਜਿਹੜੀ ਕੰਬਾਈਨ ਆ ਉਹ ਵਧੀਆ ਜ਼ਮੀਨ ਤੋਂ ਉੱਪਰ ਉਹਦਾ ਕਟੜ ਰੱਖ ਕੇ ਕਮਾਈਨ ਦਾ ਇਹਨੂੰ ਵਧਿਆ ਜਾਂਦਾ ਤੇ ਜਿਹੜੇ ਇਹਦੇ ਦਾਣੇ ਨੇ ਜਿਵੇਂ ਤੁਹਾਨੂੰ ਦੱਸਿਆ ਵੀ ਇੱਕ ਫਲੀ ਦੇ ਵਿੱਚ 12 ਤੋਂ 15 ਦਾਣੇ ਹੁੰਦੇ ਨੇ ਤੇ ਇਹਦੇ 100 ਦਾਣਿਆਂ ਦਾ ਜਿਹੜਾ ਵਾਜਨ ਆਗਾ ਉਹ 7 ਤੋਂ 8 ਗ੍ਰਾਮ ਹੁੰਦਾਗਾ ਤੁਸੀਂ ਇਹਨੂੰ ਉਦੋਂ ਬਾਅਦ ਤੋਂ ਹਿਸਾਬ ਲਾ ਲਿਓ ਤੇ ਇਹ ਜਿਹੜੀ ਵਿਜੇਤਾ ਸਬੀ ਵੈਰਾਈਟੀ ਹੈਗੀ ਸ੍ਰੀ ਰਾਮ ਪ੍ਰਾਈਵੇਟ ਸੀਡਜ਼ ਦੀ ਇਹ 60 ਤੋਂ 62 65 ਦਿਨਾਂ ਦੇ ਵਿੱਚ ਪੱਕ ਜਾਂਦੀ ਆ ਉਹ ਜਿਵੇਂ ਤੁਹਾਡੇ ਬੀਜਣ ਦੇ ਅਕੋਰਡਿੰਗ ਹੋ ਜਾਂਦੀ ਆ ਤੇ ਇਹ ਜਿਹੜੀ ਵਿਜੇਤਾ 22 ਵੈਰਾਈਟੀ ਆ ਇਹਦਾ ਝਾੜ 10 ਤੋਂ 12 ਕੁਇੰਟਲ ਹੋ ਜਾਂਦਾਗਾ ਇੱਕ ਏਕੜ ਦੀ ਇਹ ਐਵਰੇਜ ਪੈਂਦੀ ਹੈਗੀ ਵੀ 8 ਤੋਂ 10 ਕੁਇੰਟਲ ਇੱਕ ਏਕੜ ਦੀ ਐਵਰੇਜ ਪੈਂਦੀ ਆ ਕਿਸਾਨ ਵੀਰਾਂ ਨੂੰ ਇੱਕ ਹੋਰ ਫਾਇਦਾ ਇਹਦੇ ਵਾਲੀ ਗੱਲ ਦਾ ਕਿ ਆਪਾਂ ਵਿਜੇਤਾ 22 ਨੂੰ ਜ਼ਿਆਦਾ ਸਮਾਂ ਦੇ ਕੇ 12-13 ਕੁਇੰਟਲ ਦਾ ਝਾੜ ਵੀ ਲੈ ਸਕਦੇ ਆ ਉਹਦਾ ਮਤਲਬ ਕੀ ਹੈ ਵੀ ਜੇ ਤਾਪਾਂ 60-60 ਦਿਨਾਂ ਤੱਕ ਉਹ ਕਰਨਾ ਫੇਰ ਤਾਂ ਇਹਦਾ 8 ਤੋਂ 10 ਕੁਇੰਟਲ ਨਿਕਲੂਗਾ ਜੇ ਆਪਾਂ ਇਹਨੂੰ ਜਾਦੇ ਲੰਬਾ ਸਮਾਂ ਰੱਖ ਸਕਦੇ ਆਪਾਂ ਕਹੇ ਦੀ ਵੀ ਆਪਾਂ ਗੇਤੀ ਬੀਜਤੀ ਆਪਣੇ ਕੋਲੇ ਉਸ ਤੋਂ ਬਾਅਦ ਝੋਨਾ ਲਾਉਣ ਤੱਕ ਟਾਈਮ ਹੈਗਾ ਤਾਂ ਇਹਦਾ 12 ਤੋਂ 13 ਕੁਇੰਟਲ ਜਿਹੜਾ ਝੋੜ ਝਾੜਾਗਾ ਉਹ ਵੀ ਤੁਸੀਂ ਲੈ ਸਕਦੇ ਹੋ ਤੇ ਇੱਕ ਕਿਸਾਨਾਂ ਵਾਲੀ ਜਿਹੜੀ ਸਭ ਤੋਂ ਵੱਈ ਜ਼ਰੂਰੀ ਗੱਲ ਆ ਉਹ ਕੀ ਹੈ ਵੀ ਜਦੋਂ ਵੀ ਤੁਸੀਂ ਇਹ ਵਿਜੇਤਾ ਸਬੀਕ ਲੈਣੀ ਆ ਤਾਂ ਸ੍ਰੀ ਰਾਮ ਪ੍ਰਾਈਵੇਟ ਸੀਡਜ਼ ਕੰਪਨੀ ਦਾ ਲੋਗੋ ਦੇਖ ਕੇ ਤੇ ਉਸ ਤਰੀਕੇ ਨਾਲ ਇਹਨੂੰ ਖਰੀਦਣਾ ਇਹਦਾ ਬਿੱਲ ਲੈਣਾ ਤੁਸੀਂ ਤੇ ਇਹਦਾ ਕੀ ਹੈ ਵੀ ਕਈ ਵਾਰ ਨਾ ਨਕਲ ਬਹੁਤ ਜ਼ਿਆਦਾ ਹੋਣ ਲੱਗੀ ਅੱਜ ਕੱਲ ਤੇ ਨਕਲੀ ਤੋਂ ਤੁਸੀਂ ਮੈਂ ਉਹ ਵੀ ਮਿਲਦੇ ਜੁਲਦੇ ਨਾਵਾਂ ਤੋਂ ਤੋਂ ਸਾਵਧਾਨ ਰਹੋ ਕਿਉਂ ਜੇ ਤੁਸੀਂ ਇਹਦੇ ਨਾਲ ਮਿਲਦਾ ਜੁਲਦਾ ਕੋਈ ਹੋਰ ਨਾਮ ਲੈ ਲਿਆ ਤਾਂ ਉਹਦੇ ਨਾਲ ਜਿਹੜਾ ਆਪਣਾ ਝਾੜ ਆ ਉਹਦੇ ਵਿੱਚ ਪ੍ਰੋਬਲਮ ਆ ਜਾਊਗੀ ਤੇ ਇਹਨੂੰ ਤੁਸੀਂ ਜੇਕਰ ਆਨਲਾਈਨ ਖਰੀਦਣਾ ਤਾਂ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ ਦਿੱਤੇ ਹੋਏ ਮੋਬਾਈਲ ਨੰਬਰਾਂ ਦੇ ਜਿਹੜੇ ਮੈਂ ਤੁਹਾਨੂੰ ਉੱਪਰ ਮੋਬਾਈਲ ਨੰਬਰ ਦਿੱਤੇ ਨੇ ਉਦੇ ਉੱਪਰ ਕਾਲ ਕਰ ਸਕਦੇ ਹੋ ਬਜੇਤਾ ਸਬੀ ਪੂਰੇ ਪੰਜਾਬ ਚ ਸੋਨੂੰ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਮਿਲੂਗੀ ਨਾਲੇ ਕੰਪਨੀ ਦਾ ਸਟਾਫ ਤੁਹਾਡਾ ਖੇਤ ਵੇਚਤ ਕਰੂ ਮੰਨ ਲਓ ਤੁਸੀਂ ਪੈਕਟ ਲਏ ਬੀਜ ਦਾ ਆਇਆ ਨਹੀਂ ਹੈਗਾ ਵੀ ਉਦੋਂ ਬਾਅਦ ਤੁਸੀਂ ਬੀਜ ਤੇ ਵੀ ਤੁਹਾਡਾ ਕੋਈ ਬਾਲੀਬਾਰ ਸੁਣੀ ਹੈਗਾ ਕੰਪਨੀ ਦਾ ਸਟਾਫ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਫਿਰਦਾ ਹੈਗਾ ਗੱਡੀਆਂ ਲਈ ਮੋਟਰਸਾਈਕਲ ਲਈ ਤੁਹਾਡੇ ਕੋਲੇ ਬਜਾਈ ਵੇਲੇ ਵੀ ਜੇ ਤੁਸੀਂ ਕਹੋ ਆਉਣਗੇ ਉਦੋਂ ਬਾਅਦ ਵੀ ਬਾਰੀ-ਬਾਰੀ ਤੁਹਾਡਾ ਖੇਤ ਚੈੱਕ ਕਰਕੇ ਜਾਣਗੇ ਵੀ ਕਿਤੇ ਵੀ ਕੋਈ ਪ੍ਰੋਬਲਮ ਤਾਂ ਨਹੀਂ ਆਈ ਹੁਣ ਮੈਂ ਸੋਨੂੰ ਚਾਹਣਾ ਵੀ ਜੇਕਰ ਤੁਸੀਂ ਇਹ ਵੈਰਾਈਟੀ ਨੂੰ ਜਾਦੇ ਨਹੀਂ ਲਾਉਣਾ ਹਨ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਜਿਵੇਂ ਆਪਣੇ ਸਰਦਾਰ ਬਲਦੇਵ ਸਿੰਘ ਜੀ ਰਾਣਾ ਵਾਲੇ ਕੋਠੇ ਜਗਰਾਉਂ ਤੋਂ ਨੇ ਇਹਨਾਂ ਨੇ ਸ਼ੁਰੂ ਦੇ ਵਿੱਚ ਕਹਿੰਦੇ ਇੱਕ ਦੋ ਕਿੱਲੇ ਲਾਏ ଥିਗੇ ਉਹ ਇਹਨਾਂ ਨੂੰ ਮੈਂ ਪੁੱਛਦਾ ਵੀ ਤੁਹਾਨੂੰ ਵੀ ਕਿਵੇਂ ਕੰਪਨੀ ਨਾਲ ਛੁੱਡੀ ਮੁਲਾਕਾਤ ਹੋਈ ਕੀ ਗੱਲਬਾਤ ਹੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਜੀ ਤੁਹਾਡਾ ਸਾਰੇ ਕਿਸਾਨ ਵੀਰਾਂ ਦਾ ਸਾਡੇ ਪੰਜਾਬ ਪੈਦਾਵਾਰ ਚੈਨਲ ਦੀ ਟੀਮ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਕਿਸਾਨ ਵੀਰ ਬੈਠੇ ਹੋਗੇ ਤੇ ਬਲਦੇਵ ਸਿੰਘ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਸੀ ਵੀ ਜਿਹੜੀ ਤੁਸੀਂ ਇਹ ਬਜੇਤਾ ਸੱਬੀ ਮੂੰਗੀ ਦੀ ਕਿਸਮ ਲਾਉਣੀ ਹੋ ਹਾਂਜੀ ਕਿੰਨੇ ਸਾਲ ਹੋ ਗਏ ਸੁਣ ਲਾਉਂਦਿਆਂ ਨੂੰ ਜੀ ਇਹਨੂੰ ਜਪਰੋਂ ਇੱਕ ਹੀ ਚੌਥੇ ਸਾਲ ਲਾਉਣੀ ਹੈ ਜੀ ਅਰਤੀ ਚੌਥਾ ਸਾਲ ਚੌਥੇ ਸਾਲ ਲਾਉਣਾ ਠੀਕ ਹੈ ਸ਼ੁਰੂ ਦੇ ਵਿੱਚ ਇਹ ਲਿਆਂਦੀ ਕਿੱਥੋਂ ਜਗਰਾਉਂ ਤੋਂ ਸੀ ਇਹ ਜਗਰਾਉਂ ਤੋਂ ਲਈ ਇੱਥੋਂ ਮੈਂ ਨਾ ਤਕਰੀਬੋਂ ਬੀਬੂ ਲੈਣਾ ਉਹ ਤੋਂ ਉਹਨੇ ਮੈਨੂੰ ਦਿੱਤੀ ਜਿਵੇਂ 2 ਕਿੱਲਿਆਂ ਦੀ ਇਹ ਠੀਕ ਹੈ ਮਿਲਾ ਕੇ ਦੇਖ ਤੂੰ ਇਹ ਠੀਕ ਹੈ ਤੇ ਚਲੋ ਅਸੀਂ ਲਾਈ ਸੀ ਸਾਨੂੰ ਠੀਕ ਲੱਗੀ ਵਧੀਆ ਹੈ ਵਧੀਆ ਜਾੜ ਰਿਹਾ ਪੂਰਾ ਵਧੀ ਤੁਸੀਂ ਇਹਨੂੰ ਕਿੰਨਾ 60 65 ਕਰਨਾ ਤੱਕ ਕਟਾਈ ਕਰ ਲੈਨੇ ਹੋ ਆਹ ਤੇਰੀ ਟਿਕਰ ਮੈਂ ਤਾਂ ਲੈਂਡ ਤੇ ਆਪਦਾ ਫੜ ਜੇ ਕਈ ਰੋ ਇੱਕ ਤਾਂ ਲੈਣਾ ਵੱਧ ਤੀਜਾ ਵੀ ਲੈ ਲਈਦਾ ਤੀਜਾ ਤਿੰਨ ਫੜ ਦਾ ਘਰੇ ਲੈ ਨਹੀਂ ਆ ਸੀ ਟਿਕਰੋਂ ਠੀਕ ਹੈ ਹਾਂ ਜੀ ਹਾਂ ਠੀਕ ਹੈ ਤੇ ਜਦੋਂ ਤੁਸੀਂ ਇਹ ਲਈ ਸੀਗੀ ਤਾਂ ਜਿਵੇਂ ਤੁਸੀਂ ਕਿਹਾ ਵੀ ਦੁਕਾਨਦਾਰ ਨੇ ਆਪਦੇ ਭਰੋਸੇ ਦਿੱਤੀ ਸੀ ਹੈਨਾ ਹਾਂ ਜੀ ਇਹਨੂੰ ਕੋਈ ਆਪਾਂ ਕਹੀਏ ਰਸ ਚੂਸ ਕੇ ਕੀੜਾ ਪਿਆ ਦੀ ਕੋਈ ਨਹੀਂ ਕੋਈ ਨਹੀਂ ਪਿਆ ਅੱਛਾ ਹਾਂ ਜੀ ਕਿਉਂ ਕੰਪਨੀ ਇਹ ਗੱਲ ਕਹਿੰਦੀ ਆ ਭਰਾਵੋ ਕਹਿੰਦੇ ਵੀ ਇਹਦੇ ਪੱਤੇ ਦੇ ਜਿਹੜੇ ਖੁਰਦਰੇ ਹੁੰਦੇ ਆਗੇ ਉਹ ਵੀ ਉਹਨਾਂ ਦੇ ਉੱਪਰ ਕੋਈ ਰਸ ਚੂਸ ਕੇ ਜਿਹੜਾ ਕੀੜਾਗਾ ਉਹ ਨਹੀਂ ਆਉਂਦਾ ਨਹੀਂ ਉਹ ਜੋ ਜੀ ਪੈਂਦੀਆਂ ਤਕਰੀਬਨ ਇਹ ਇਹ ਮੂੰਗੀ ਨਹੀਂ ਪੈਂਦੀ ਹੈ ਇਹ ਠੀਕ ਹੈ ਹਾਂ ਯਾ ਜੀ ਤੁਹਾਨੂੰ ਤਾਂ ਉਹਦਾ ਤੀਜਾ ਚੌਥਾ ਸਾਲ ਹੋ ਗਿਆ ਲਾਉਂਦੇ ਨੂੰ ਪਰ ਨਹੀਂ ਇਹ ਨਹੀਂ ਨਹੀਂ ਪਿਆ ਕੁਝ ਆਈ ਨਹੀਂ ਕੁਝ ਨਹੀਂ ਕੋਈ ਨਹੀਂ ਠੀਕ ਹੈ ਕੋਈ ਪ੍ਰੋਬਲਮ ਨਹੀਂ ਆਈ ਤੇ ਉਸ ਤੋਂ ਬਾਅਦ ਜਦੋਂ ਇਹ ਮੰਨ ਲਓ ਵੀ ਆਪਣੀ ਹਰੇ ਹੋਣ ਚ ਇਹਦਾ ਕੀ ਰਿਜ਼ਲਟ ਰਹਿੰਦਾ ਹੈਗਾ ਹਰੀ ਤਾਂ ਕੋਈ ਨਹੀਂ ਪੂਰੀ ਵਧੀਆ ਹੁੰਦੀ ਹੈ ਤਕਰੀਬਨ 15 ਤੋਂ 18 ਸਈ 20 ਪਾਉਨੇ ਨਿਕਲੋ ਠੀਕ ਹੈ ਜਾਂ 15 ਪਾਜੀ ਜਣ ਕੇ 15 ਤੇ 18 ਦੇ ਵਿੱਚ ਵਿੱਚ ਬੰਦ ਦੇਉਨੇ ਆ ਜਿਵੇਂ ਕੰਪਨੀ ਇਹਨੂੰ 14 ਤੋਂ 16 ਕਿਲੋ ਕਹਿੰਦੀ ਹੈ ਹਾਂ ਜ ਨਹੀਂ ਅਸੀਂ ਪਾਉਨੇ ਆ ਜਿਹੜੇ ਮੈਂ ਕਹਿੰਦਾ ਕੋਈ ਕੇ ਦੇਵਾਂ ਨਾ ਵਿੱਚ 15 ਤੋਂ 18 ਪਾਉਨੇ ਪਾਉਨੇ ਆ ਮਗਰ ਸੁਹਾਗਾ ਵੀ ਮਾਰ ਦਿੰਨੇ ਆ ਕੋਈ ਦਾਣਾ ਦੱਬਿਆ ਜਾਂਦਾ ਜਾਂ ਹੋਰ ਅੱਛਾ ਤੁਸੀਂ ਮਗਰ ਸੁਹਾਗਾ ਵੀ ਮਾਰ ਦਿੰਨੇ ਹੋ ਠੀਕ ਕਰਕੇ 2 ਕਿਲੋ ਵੀ 1.5 ਕਿਲੋ ਵੱਧ ਰੱਖੀਦਾ ਠੀਕ ਹੈ ਵੀ ਜਦੋਂ ਇਹ ਹਰੀ ਹੁੰਦੀ ਆ ਕੱਲਾ ਕੱਲਾ ਦਾਣਾ ਹਰਾ ਹੁੰਦਾ ਸਾਰਾ ਹਾਂ ਜ ਕੱਲਾ ਕੱਲਾ ਤਕਰੀਬਨ ਸਾਰਾ ਕੱਲਾ ਹੈ ਕਿਉਂਕਿ ਉਹ ਕੰਪਨੀ ਕਹਿੰਦੀ ਵੀ ਸਾਡਾ ਇਹਨੂੰ ਸੀ ਟ੍ਰੀਟਮੈਂਟ ਕੀਤਾ ਹੁੰ ਚਲੋ ਬਾਈ ਹੋਰੀ ਆ ਆਪਦੀ ਮਰਜ਼ੀ ਨਾਲ 15 16 ਜਾਂ 18 ਕਿਲੋ ਪਾ ਆਂਦੇ ਆਗੇ ਤੇ ਕੰਪਨੀ ਨੇ 14 ਤੋਂ 16 ਕਿਲੋ ਕਿਹਾ ਵੇ ਇਹ ਕਹਿੰਦੇ ਵੀ ਅਸੀਂ 2 ਕਿਲੋ ਵੱਧ ਪਾਉਣੇ ਵੀ ਸਾਗਾ ਵਾਲਾ ਆਂਦੇ ਆਗੇ ਚਲੋ ਵੱਡੋ ਵੱਡੀ ਆਪਦੇ ਏਰੀਏ ਦਾ ਬੰਦੇ ਨੂੰ ਪਤਾ ਹੁੰਦਾ ਜਦੋਂ ਬਾਈ ਇਹ ਹਰੀ ਹੁੰਦੀ ਆ ਹਨਾ ਉਸ ਤੋਂ ਬਾਅਦ ਜਿਹੜਾ ਦਾ ਬੂਝਾਗਾ ਪੂਰਾ ਫੁੱਲ ਵਧੀਆ ਬਣਦਾ ਪੂਰਾ ਪੂਰਾ ਵਧੀਆ ਬਣਦਾ ਨਾ ਤਾਂ ਦਾ ਬਾੜਾ ਜੇ ਆਪਾਂ ਜਿਹਾ ਬਣਦਾ ਜਾਂਦਾ ਜੀ ਖੱਤਾ ਅੱਜ ਹੋਰ ਹੋ ਸਵੇਰ ਨੂੰ ਹੋਰ ਹੋਊਗਾ ਅੱਛਾ ਆ ਭਰਿਆ ਖੜਾ ਹੁੰਦਾ ਜੀ ਦਿਨਾਂ ਚ ਬੂਟਾ ਪੂਰਾ ਵਧੀਆ ਬਣਦਾ ਪੂਰਾ ਵਧੀਆ ਠੀਕ ਹੈ ਤੇ ਪਹਿਲਾਂ ਅਸੀਂ ਦਾਣੇ ਘਰੇ ਵੀ ਇਹਦੇ ਗਿਣ ਕੇ ਘਰੇ ਲਾ ਕੇ ਦੇਖ ਲਈਏ ਕੋਈ ਵੀ ਵੀ ਆ ਹਾਂ ਵੀ ਕਿੰਨੇ ਦਾਣੇ ਹਰੇ ਹੁੰਦੇ ਆ ਕਿਵੇਂ ਆ ਜੇ ਘੱਟ ਬਾਦ ਹੁੰਦੇ ਆ ਤਾਂ ਵਧਾ ਘਟਾ ਦੇ ਦੇ ਇਹਦੇ ਸਹੀ ਦਾਣੇ ਹਰੇ ਹੋਏ ਆ ਸਾਰੇ ਸਹੀ ਦਾਣੇ ਹਰੇ ਹੋਏ ਆ ਭਾਜੀ 5 ਦਾਣੇ ਲਾਏ ਸੀ 5 ਦੇ 5 ਸਾਰੇ ਹਰੇ ਹੋਏ ਆ ਤੇ ਤੁਸੀਂ ਕਿੰਨੇ ਕਿੱਲੇ ਲਾਉਣੇ ਹੁੰਦੇ ਹੋ ਜੀ ਮੈਂ ਜਿੱਤੇ 13 14 13 14 ਕਿੱਲੇ ਆਉਣਗੇ ਤੇ ਉਦੋਂ ਬਾਅਦ ਜਦੋਂ ਇਹਨੂੰ ਫੁੱਲ ਆਉਂਦੇ ਨੇ ਹਨਾ ਹਾਂਜੀ ਤੇ ਉਹ ਕੰਪਨੀ ਕਹਿੰਦੀ ਆ ਵੀ 30 35 ਡੇਣਾ ਤੇ ਜਾ ਕੇ ਇਹਨੂੰ ਫੁੱਲ ਆਉਣ ਲੱਗ ਜਾਂਦੇ ਆ ਹਾਂਜੀ ਤੇ ਉਦੋਂ ਸਾਰੀ ਫਸਲ ਫਿਰ ਫੁੱਲ ਆ ਜਿਹੜੇ ਉਹ ਇੱਕ ਸਾਥ ਹੀ ਚ ਪਿਛਲੇ ਪਿਛਲੇ ਸਾਲ ਤਾਂ ਜੀ ਆਏ ਹੋਈ ਵੀ ਲੇਟ ਹੋ ਗਈ ਬਹੁਤ بارش ਕਰਕੇ ਅੱਛਾ ਹਾਂ ਅਸੀਂ ਕਹਾਂ ਵੀ ਝਾੜ ਨਹੀਂ ਦੇਣਾ ਮੇਰਾ ਖਿਆਲ ਆ ਵੀ 60 ਤੋਂ 62 ਦਿਨ ਚ ਵੱਢ ਲਈ ਸੀ 60 ਹੋ ਗਏ ਹੋਗੇ ਹਾਂ ਤੇ ਮੂੰਗੀ ਸਾਰੇ ਸਾਲਾਂ ਨਾਲ ਬਹੁਤ ਸੋਹਣੀ ਨਿਕਲੀ ਸੀ ਠੀਕ ਹੈ ਇੱਕ ਦਮ ਫਲ ਆਇਆ ਠੀਕ ਹੈ ਇੱਕ ਬਰोबर ਫਲੀਆਂ ਆਈਆਂ ਕਮਾਈ ਤੋਂ ਵढਾਈ ਠੀਕ ਹੈ ਤੇ ਰੇਟ ਸਾਢੇ 65 ਤਿਆਂ ਜਿਹੜੇ ਜਾਨਾ ਮੇਰਾ 150 ਰੁਪਏ ਢੇਰੀ ਵੱਧ ਲੱਗੀ ਠੀਕ ਹੈ ਹਾਂ ਜੀ ਕਿਉਂ ਜਗਰਾਉਂ 8000 ਤੋਂ ਥੱਲੇ ਸੀਗੀ 8000 ਤੋਂ ਥੱਲੇ ਸੀ ਮੇਰੇ ਕੋਲੇ ਪਰਚੀਆਂ ਪਈਆਂ 8500 ਰੁਪਇਆ ਮੇਰੀ ਮੂੰਗੀ ਦਾ ਬਿਲਕੁਲ ਬਈ ਕਿਸਾਨ ਭਰਾ ਕੋਲੇ ਪਰਚੀਆਂ ਪਈਆਂ ਨੇ ਸਬੂਤ ਦੇ ਤੌਰ ਤੇ ਇੱਕ ਤਾਂ ਇਹ ਗੱਲ ਹੁੰਦੀ ਹੈਗੀ ਵੀ ਅਸੀਂ ਕੰਪਨੀ ਨੇ ਸਾਨੂੰ ਭੇਜਿਆ ਵੀ ਅਸੀਂ ਵੀਡੀਓ ਬਣਾਤੀ ਅਸੀਂ ਵੀਡੀਓ ਬਣਾਵਾਂਗੇ ਪਹਿਲਾਂ ਮੈਂ ਕਿਸਾਨ ਭਰਾਵਾਂ ਨਾਲ ਗੱਲਬਾਤ ਕੀਤੀ ਸੀ ਵੀ ਜੀ ਸਾਨੂੰ ਆਹ ਕੰਪਨੀ ਦਾ ਆਇਆ ਵੀ ਸਾਡੀ ਮੂੰਗੀ ਦੀ ਬਹੁਤ ਵਧੀਆ ਕਿਸਮਾ ਵੀ ਤੁਸੀਂ ਹੋਰ ਕਿਸਾਨਾਂ ਤੱਕ ਸਾਡੀ ਜਿਹੜੀ ਆਵਾਜ਼ ਆ ਉਹ ਪਹੁੰਚਾਓ ਤੇ ਪਹਿਲਾਂ ਮੈਂ ਬਾਈ ਬਲਦੇਵ ਸਿੰਘ ਜੀ ਨਾਲ ਗੱਲ ਕੀਤੀ ਬੀਜੀ ਕਿਵੇਂ ਇਹਦਾ ਝਾੜ ਰਿਹਾ ਕਿਵੇਂ ਹੋ ਰਿਹਾ ਕਿਉਂ ਕਿਸਾਨ ਭਰਾਵੋ ਕਈ ਵਾਰ ਕੋਈ ਦਵਾਈ ਮਾੜੀ ਵਗ ਜੇ ਨਾ ਨਹੀਂ ਕੰਮ ਕਰਿਆ ਦੁਕਾਨਦਾਰ ਦੂਜੀ ਦੇ ਦੂਗਾ ਪਰ ਜੇ ਸਾਡੇ ਕਿਸੇ ਕਿਸਾਨ ਬਾਈ ਨੂੰ ਬਈ ਬੀ ਮਾੜਾ ਵਗਿਆ ਨਾ ਉਹ ਬਸ ਉਹਦੀ ਸੇਮ ਹੀ ਨਰੀ ਫਸਲ ਰੁਲ ਜੂ ਤੇ ਸਾਡੇ ਚੈਨਲ ਤੇ ਕਿਸਾਨ ਹੀ ਨੇ ਤੇ ਕਿਸਾਨ ਵੀਰਾਂ ਦਾ ਸਾਡੇ ਤੋਂ ਵਿਸ਼ਵਾਸ ਉੱਟ ਜੂਗਾ ਵੀ ਯਾਰ ਬੰਦਿਆਂ ਨੇ ਵੀਡੀਓ ਪਾਈ ਤੇ ਅਸੀਂ ਸੁਖੀ ਸ਼ੇਰਗਿਲ ਦੇ ਭਰੋਸੇ ਦੇ ਲਾਇਆ ਸੀਗਾ ਵੀ ਉਹਨੇ ਕਿਸਾਨ ਦਿਖਾਈ ਦੇਗੇ ਤੇ ਠੀਕ ਹੈ ਬਾਈ ਪਰਚੀ ਵੀ ਪਈਆਂ ਨੇ ਤੁਹਾਡੇ ਕੋਲ ਹਾਂਜੀ 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 ਇਹ ਜਿੰਨੇ ਬੈਠੇ ਸਾਰੇ ਮੂੰਗੀ ਵਾਲੇ ਸਾਰੇ ਮੂੰਗੀ ਵਾਲੇ ਹਾਂ ਹਾਂ ਸਾਰੇ ਮੂੰਗੀ ਲਾਏ ਦੂਜਾ ਬੰਦਾ ਕੋਈ ਨਹੀਂ ਪਹਿਲੇ ਸਾਲ ਇਹਨੇ ਲਾਈਏ ਤੇ ਅਸੀਂ ਦੇਖਦੇ ਰਹੇ ਦੋ ਕਿੱਲੇ ਲੈ ਬਿਲਕੁਲ ਮੈਂ ਸਾਰੇ ਭਾਈਆਂ ਨੂੰ ਮੜੀ ਗੱਲ ਕਰਦਾ ਬਾਈ ਤੁਸੀਂ ਕਿੰਨੀ ਲਾਉਣੇ ਹੋ ਜੀ ਮੈਂ 10 ਲਾਉਣਾਂ ਜੀ 10 ਕਿੱਲੇ ਤੇ ਆਪਣਾ ਨਾਮ ਕੀ ਹੈ ਜੀ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਬਾਪੂ ਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਸਮਸ਼ੇਰ ਸਿੰਘ ਸਮਸ਼ੇਰ ਸਿੰਘ ਤੇ ਆਪਣਾ ਕੀ ਨਾਮ ਹੈ ਜੀ ਮੇਰੇ ਨਾਮ ਪਰਮਜੀਤ ਸਿੰਘ ਆ ਪਰਮਜੀਤ ਸਿੰਘ ਹਾਂਜੀ ਆਪਾਂ ਲਾਉਣੇ 15 ਕਿੱਲੇ ਆ ਮੂੰਗੀ ਦੇ 15 ਕਿੱਲੇ ਠੀਕ ਹੈ ਤੇ ਸੱਸੀ ਜੀ ਕਰਮਜੀਤ ਆਪਾਂ ਕਿੰਨਾ ਲਾਉਣੇ ਆ ਜੀ ਆਪਾਂ 22 ਕਿਲੇ ਲਾਉਣੇ ਆ 23 24 ਕਿਲੇ ਤੇ ਬਾਈ ਆਪਣਾ ਕੀ ਨਾਮ ਹੈ ਪ੍ਰਸੰਤ 10 ਕਿਲੇ 10 ਕਿਲੇ ਲਾਉਣੇ ਹੋ ਠੀਕ ਹੈ ਤੇ ਆਪਾਂ ਤਾਂ ਦੱਸਦੇ ਵੀ 13 14 ਕਿਲੇ ਹਾਂ ਜੀ ਹਾਂ ਜੀ ਬਸ ਇੰਨੇ ਲਾਉਣੇ 13 ਜਿੰਨੇ ਕਬਾਲੂ ਲਾ ਦੀ ਉਹਨਾਂ ਕ ਲਾ ਦੀ ਬਈ ਜਗਦੀਨ ਸਿੰਘ ਹੈ ਇਹ ਸਭ ਤੋਂ ਪਹਿਲੇ ਕਿਸਾਨ ਨੇ ਜਿੰਨਾਂ ਨੂੰ ਐਤ ਕੀ ਕਹਦੇ ਵੀ 4 ਸਾਲ ਹੋ ਗਏ ਦਾ ਘਾਤਰ ਲਾਉਂਦਿਆਂ ਨੂੰ ਤੇ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਮੇਰ ਸਿੰਘ ਹੈ ਮੈਂ ਕਿਸਾਨ ਯੂਨੀਅਨ ਦਾ ਪ੍ਰਧਾਨ ਆਂ ਪਿੰਡ ਕੋਠੇਰਾਲਾ ਦਾ ਠੀਕ ਹੈ ਇਹ ਜਿਹੜੀ ਵੈਰਾਈਟੀ ਵਿਜੇਤਾ ਵਾ ਬਹੁਤ ਹੀ ਵਧੀਆ ਕਿਸਾਨਾਂ ਲਈ ਬਹੁਤ ਲਾਹੇਵੰਦ ਹੁੰਦਾ ਹੈ ਠੀਕ ਹੈ ਤੇ ਅਸੀਂ ਵੀ ਮੈਂ ਵੀ ਆਪ ਖੁਦ ਵੀ 15 ਕਿਲੇ ਦੀ ਖੇਤੀ ਇਹਦੀ ਲੋਕ ਕਰਨੀ ਹੈ ਬਜਾਈ ਠੀਕ ਹੈ ਇਹ ਬਲਦੇਵ ਸਿੰਘਾਂ ਤੋਂ ਦੇਖ ਕੇ ਅਸੀਂ 2-3 ਸਾਲ ਹੋ ਗਏ ਨੇ ਉਹਨਾਂ ਨੂੰ ਦੇਖਦਿਆਂ ਨੂੰ ਬੜੀ ਵਧੀਆ ਜੀ ਵੈਰਾਈਟੀ ਜਿਹੜੀ ਆ ਕਿ ਵੱਖਰੀ ਹੋ ਖੜੀ ਹੁੰਦੀ ਆ ਅਸੀਂ ਸਪਰੇਹਾਂ ਕਰਦੇ ਆ ਦੂਜੇ ਬੀਜਾਂ ਤੇ ਪਰ ਇਹ ਬਗੈਰ ਸਪਰੇ ਦੇ ਰਹਿਤ ਬਹੁਤ ਘੱਟ ਚਾਂਸ ਆ ਵੀ ਇਹਨੂੰ ਜਿਹੜੇ ਅਸੀਂ ਪੀੜਾ ਰੋਗ ਆ ਉਹ ਜਾਂ ਕੀਟਨਾਸ਼ਕ ਦਵਾਈਆਂ ਨਹੀਂ ਆਪਾਂ ਵਰਤਦੇ ਆ ਵੀ ਉਹ ਵੀ ਬਹੁਤ ਘੱਟ ਵਰਤਨੇ ਵਾਲੀ ਹੈ। ਇਹ ਪਰ ਇਹ ਸਪਰੇਇਆਂ ਦਾ ਕੋਈ ਬੜਾ ਖਰਚਾ ਨਹੀਂ ਕਰਨਾ ਪੈਂਦਾ ਜਿਵੇਂ ਕੋਈ ਫੰਗੀ ਸਾਈਡ ਸਪਰੇਅ ਹੋ ਗਈ ਹੈ ਨਾ। ਦੇਖੋ ਜੀ ਉਹ ਆਪਰੇ ਮਾਨ ਦੇ ਮੁਤਾਬਕ ਫੰਗੀ ਸਾਈਡ ਕਰ ਲੋ ਪਰ ਇਹਨੂੰ ਜ਼ਰੂਰਤ ਨਹੀਂ ਪੈਂਦੀ। ਠੀਕ ਹੈ। ਬਿਲਕੁਲ ਬਹੁਤ ਵਧੀਆ ਵੈਰਾਈਟੀ ਆ। ਬਿਲਕੁਲ ਸਾਡੇ ਏਰੀਆ ਦੇ ਵਿੱਚ ਆਨੇ ਕੀ ਪੂਰੀ ਐਂਡ ਟਾਪ ਦੀ ਵੈਰਾਈਟੀ ਹੈ ਇਸ ਟਾਈਮ। ਬਿਲਕੁਲ। ਆਪਣੇ ਜੇ ਆਪਾਂ ਮਾਲਵੇ ਦੇ ਵਿੱਚ ਗੱਲ ਆਈ ਹੈ ਜਾਂ ਪੂਰੇ ਪੰਜਾਬ ਦੇ ਵਿੱਚ ਹੈ ਨਾ ਤਾਂ ਬਾਈ ਜਿਹੜੇ ਬਾਹਣ ਆਲੂ ਲੱਗਦੇ ਨੇਗੇ ਬਾਈ ਹੁਰੀ ਕਹਿੰਦੇ ਆਲੂ ਵਾਲੇ ਜਾਂ ਵੀ ਡਾਕਰ ਬਾਹਣਾਂ ਦੇ ਵਿੱਚ ਤਾਂ ਇਹ ਪੂਰੀ ਚੰਗੀ ਤਰ੍ਹਾਂ ਵੀ ਕਾਮਯਾਬ ਆ ਪ ਨਹੀਂ ਤੁਹਾਨੂੰ ਪਤਾ ਜੇ ਕਿਸੇ ਚੀਜ਼ ਦੀ ਵੈਰੈਟੀ ਮਾੜੀ ਹੋਵੇ ਤਾਂ ਕਿਸਾਨ ਜੂਨੀਅਨ ਵਾਲੇ ਵੀ ਤਾਂ ਉਹਦੀ ਤੁਹਾਨੂੰ ਪਤਾ ਵੀ ਬੰਦੇ ਨੱਕ ਜਦ ਦਾਮ ਕਰ ਦਿੰਦਾ ਵੀ ਭਾਈ ਆਹ ਕੰਪਨੀ ਦਾ ਬੀਜ ਨਹੀਂ ਬੀਜਣਾ ਹੈਗਾ ਤਾਂ ਉਹ ਹੈਗਾ ਤੇ ਉਸ ਤੋਂ ਬਾਅਦ ਜੀ ਸਾਰੇ ਜੂਨੀਅਨ ਦੇ ਮੈਂਬਰ ਹੀ ਆਈ ਸਾਰੇ ਇਹ ਸਾਰੇ ਅਸੀਂ ਮੈਂਬਰ ਹੀ ਆ ਜੂਨੀ ਹਾਂ ਜੀ ਹਾਂ ਜੀ ਮੈਠਿਆ ਸਾਰੇ ਜੂਨੀਅਨ ਦੇ ਵੀ ਜਿਵੇਂ ਕੰਪਨੀ ਕਹਿੰਦੀ ਹੈ ਜੀ ਵੀ ਇੱਕ ਬੂਟੇ ਤੇ 110 ਤੋਂ 130 ਫਲੀਆਂ ਲੱਗਦੀਆਂ ਨੇ ਉਸੇ ਤਰ੍ਹਾਂ ਹੀ ਭਰੀ ਭਰੀ ਪੂਰੀ ਭਰੀ ਭਈ ਹੁੰਦੀ ਹੈ ਜੀ ਬਿਲਕੁਲ ਠੀਕ ਹੈ ਦੜੀ ਖੱਤਾ ਦੂਰੋਂ ਦਾਸ ਦਾ ਹੁੰਦਾ ਜੋ ਸਿਰੇ ਤੇ ਜਾਂਦਾ ਵਾ ਠੀਕ ਹੈ ਖੱਤਾ ਦੂਰੋਂ ਦਾਸ ਦਾ ਵਾ ਬੇਫਰਲ ਹੈਗੀ ਅਮੂਰ ਵਧੀਆ ਰਿਜ਼ਲਟ ਮਿਲਦਾ ਪੂਰਾ ਹਾਂ ਜੀ ਅਸੀਂ ਇਹਦੇ ਵਾਲੀ ਦੇਖ ਦੇਗਾ ਫਿਰ ਇਹਦੇ ਤੋਂ ਇਹਨੇ ਤੂੜੀ ਕਣੀ ਵੇਚੀ ਬਾਕੀ ਬੀਆਂ ਨੂੰ ਕੋਲੇ ਤੋਂ ਲਈ ਉਹ ਉਥੋਂ ਲਿਆਂਦੀ ਠੀਕ ਹੈ ਹਾਂ ਜੀ ਬਿਲਕੁਲ ਤੇ ਸਾਢੇ 6 ਦਾ ਕਾਊਂਟਰ ਕੱਢੀਏ ਸਾਢੇ 10 ਕਾਊਂਟਰ ਹਾਂ ਜੀ ਹਾਂ ਜੀ ਠੀਕ ਹੈ ਤੇ ਬਲਦੇਵ ਭਾਈ ਜਦੋਂ ਤੁਸੀਂ ਪਹਿਲੀ ਵਾਰ ਲਾਈ ਤੀ ਤਾਂ ਉਦੋਂ ਤੁਹਾਨੂੰ ਮੰਨਦਾ ਜਦੋਂ ਤੁਸੀਂ ਫਲੀਆਂ ਦੇਖੀਆਂ ਵੀ ਯਾਰ ਇੱਕ ਦਾਣੇ ਦੇ ਵਿੱਚ 12 ਤੋਂ 15 ਦਾਣੇ ਨੇ 110 ਤੋਂ 130 ਫੜੀਆਂ ਨੇ ਬੂਟੇ ਦੇ ਵੀ ਆਏ ਪੂਰੇ ਗੁੱਸਿਆਂ ਦੇ ਵਿੱਚ ਫਲ ਲੱਗਿਆ ਹੋਇਆ ਤੇ ਮਨ ਖੁਸ਼ ਹੋ ਗਿਆ ਦੀ ਪੂਰਾ ਆਇਆ ਪੂਰਾ ਪੂਰਾ ਜੀ ਆਹੀ ਖੇਤ ਲਾਇਆ ਸੀ ਅਸੀਂ ਇਹਦੇ ਵਿੱਚ ਪਹਿਲਾਂ ਇੱਥੇ ਇਹੀ ਲਾਇਆ ਸੀ ਹਾਂ ਜੀ ਇਹੀ ਲਾਇਆ ਸੀ ਰਾਹ ਦੇ ਉੱਤੇ ਸੀਗਾ ਇਹ ਠੀਕ ਹੈ ਇਹੀ ਸਾਬ ਨੇ ਦੇਖਿਆ ਹਾਂ ਜੀ ਠੀਕ ਹੈ ਜੀ ਤੇ ਭਰਾਵੋ ਬਹੁਤ ਵਧੀਆ ਵੈਰਾਈਟੀ ਹੈਗੀ ਤੇ ਬਿਮਾਰੀ ਬਾਈ ਕਹਿੰਦਾ ਵੀ ਇਹਨੂੰ ਕੋਈ ਪੈਂਦੀ ਨਹੀਂ ਹੈਗੀ ਨਾ ਪੀੜਾ ਰੋਗ ਆਵੇ ਕਹਿੰਦੇ ਵੀ ਇਸ ਦਾ ਕਹਿੰਦੇ ਆ ਵੀ ਨਾ ਕੋਈ ਘਾਟਾਂ ਵਾਲੀ ਨਾ ਕੋਈ ਹੋਰ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਪਰ ਤੁਸੀਂ ਆਪਦੇ ਬਾਹਣ ਦੇ ਅਕੋਰਡਿੰਗ ਇਹਨੂੰ ਉਹ ਕਰ ਸਕਦੇ ਹੋ ਇਹਦੇ ਉੱਤੇ ਕੋਈ ਵੀ ਸਪਰੇ ਵਗੈਰਾ ਜਾਂ ਕਿਵੇਂ ਕਰਨੀ ਹੈ ਕਈ ਵਾਰ ਵੱਡੋ ਵੱਡੀ ਜ਼ਮੀਨਾਂ ਦੇ ਵਿੱਚ ਆ ਜਾਂਦੀ ਹੈ ਕਿ ਸਮੱਸਿਆ ਆ ਜਾਂਦੀ ਹੈ ਤਾਂ ਤੁਸੀਂ ਉਵੇਂ ਕਰ ਸਕਦੇ ਹੋ ਤੇ ਬਾਕੀ ਕੰਪਨੀ ਦਾ ਵੀ ਇੱਕ ਨੰਬਰ ਹੈ ਭਰੋਸਾ ਕਰ ਸਕਦੇ ਹੋ ਸਾਡੇ ਚੈਨਲ ਤੋਂ ਤੁਹਾਨੂੰ ਕਿਸੇ ਵੀ ਬੀਜ ਦੀ ਵੀਡੀਓ ਆਈ ਆ ਤਾਂ ਅੱਜ ਤੱਕ ਆਪਾਂ ਕੋਈ ਘਟੀਆਂ ਚੀਜ਼ ਆਪਾਂ ਕਹੀਏ ਪ੍ਰਮੋਟ ਨਹੀਂ ਕੀਤੀ ਹੈਗੀ ਤੁਸੀਂ ਸ੍ਰੀ ਰਾਮ ਪ੍ਰਾਈਵੇਟ ਸੀਡਜ਼ ਕੰਪਨੀ ਦਾ ਜਿਹੜਾ ਬਜੇਤਾ 22B ਆ ਉਹ ਵਰਤ ਸਕਦੇ ਹੋ ਕਿਉਂ ਪ੍ਰਭੂ ਆਪਣੇ ਕਿਸਾਨ ਵੀਰ ਵਰਤ ਸਕਦੇ ਹਨ ਨਾ ਬਾਈ ਧੰਨਵਾਦ ਧੰਨਵਾਦ ਹੈਨਾ ਬਿਲਕੁਲ ਬਾਈ ਬਹੁਤ ਵਧੀਆ ਬੀਆ ਇਹਨੂੰ ਵਰਤ ਸਕਦੇ ਨੇ ਇਹਨੂੰ ਵਰਤ ਸਕਦੇ ਹੋ ਬਾਈ ਜੇ ਤਾਂ ਇਹਨੂੰ 60 ਤੋਂ 62 65 ਦਿਨ ਉਹ ਕਰਦੇ ਆ ਤਾਂ ਬਾਈ ਕਹਿੰਦਾ ਮੈਂ 1.5 ਕੁਇੰਟਲ ਝਾੜ ਕੱਢਿਆ ਤੇ ਜੇ ਤੁਸੀਂ ਉਦੋਂ ਥੋੜਾ ਜਿਆਦਾ ਵੱਧ ਸਮਾਂ ਲੈ ਜਾਓਗੇ ਤਾਂ ਬਾਈ ਤੁਸੀਂ ਇਹਦਾ 12 ਤੋਂ 13 ਕੁਇੰਟਲ ਝਾੜ ਵੀ ਵੱਧ ਮਿਲੂਗਾ ਤੁਹਾਨੂੰ ਤੇ ਮੰਡੀ ਦੇ ਵਿੱਚ ਜਿਹੜਾ ਰੇਟ ਹੈ ਜੇਕਰ ਕੋ بارشਾਂ ਪੈਣ ਲੱਗੀਆਂ ਸੀਗੀਆਂ ਹਾਂਜੀ بارشਾਂ ਜੇ ਲੇਟ ਹੋ ਗਈ ਜੀ ਬਜਾਈ ਇਹਦੀ ਠੀਕ ਹੈ ਤਕਰੀਬਨ ਹੈਲੋ 10 ਅਪ੍ਰੈਲ ਨੂੰ ਜਾ ਕੇ ਸ਼ੁਰੂ ਕੀਤੀ ਚੱਈਏ ਇਹਦੀ ਠੀਕ ਹੈ ਹਾਂ ਜੀ ਹਾਂ ਫੇਰ ਹੀ ਪੂਰਾ ਵਧੀਆ ਝਾੜ ਦਿੰਦਾ ਇਹਨੇ ਫੇਰ ਵੀ 8 ਤੋਂ ਉੱਪਰ ਰਹੀ ਆ ਜੀ 8 ਤੋਂ ਉੱਪਰ ਮੇਤਰੀ ਹੈ ਠੀਕ ਹੈ ਤੂੰ ਦੱਸੇ ਪਰਚੀਆਂ ਬਣੀਆਂ ਮੇਰੇ ਕੋਲ ਕੱਠੇ ਬੈਠਾ ਫੇਰ ਕਰਦਾ ਗੱਲ ਤੇ ਨਾਲ ਠੀਕ ਹੈ ਠੀਕ ਹੈ ਹਾਂ ਦੋ ਸਪਰੇਆਂ ਨਾ ਬਣੀਆਂ ਜੀ ਠੀਕ ਹੈ ਨਹੀਂ ਦੂਜੀ ਦੇ ਸਪਰੇਆਂ ਠਾਰ ਦੇ ਕਰਦੇ ਮਰ ਜਾਂਦੇ ਸੀ ਕਿਤੇ ਕੋਈ ਸੁੰਡੀ ਪੈ ਗਈ ਕਿਤੇ ਕੋਈ ਇਹ ਤੇ ਦੋ ਸਪਰੇਆਂ ਹੋਈਆਂ ਠੀਕ ਹੈ ਦੂਜੀ ਸ਼ੌਕ ਨਾ ਕਰਤੀ ਫਸਲ ਵਧੀਆ ਕਰਕੇ ਮੰਦਾ ਹੌਸਲੇ ਸੋਚਾਂ ਦਾ ਜੀਨੀ ਦਾ ਬਿਲਕੁਲ ਬਿਲਕੁਲ ਹਾਂ ਜੀ ਕੋਈ ਜਣੀ ਨਹੀਂ ਹੈ ਇਸ ਜਾਲ ਬਿਲਕੁਲ ਕਿਸਾਨ ਭਰਾਵੋ ਕਿਉਂ ਜਿਹੜੀ ਮੂੰਗੀ ਆ ਗਈ ਇਹ ਇੱਕ ਤੀਜੀ ਫਸਲ ਦੇ ਤੌਰ ਤੇ ਉੱਭਰ ਰਹੀ ਹੈਗੇ ਤੇ ਆਪਣੀ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਕਿਹਾ ਹੋਇਆ ਵੀ ਤੁਸੀਂ ਮੂੰਗੀ ਲਾਓ ਵੀ ਅਸੀਂ ਇਹਦਾ ਚੰਗਾ ਰੇਟ ਦੇਵਾਂਗੇ ਤੇ ਜਿਹੜੀ ਸਰਕਾਰ ਆ ਗਈ ਇਹਦੀ ਖਰੀਦ ਕਰੂਗੀ ਇਹਨੂੰ ਕੋਈ ਸਮੱਸਿਆ ਨਹੀਂ ਆਈ ਜਿਵੇਂ ਪਿਛਲੀ ਵਾਰ ਬਹੁਤੇ ਕਿਸਾਨਾਂ ਨੇ ਮੂੰਗੀਆਂ ਬਾਤੀਆਂ ਦੀ ਕਹਿੰਦੇ ਉਹਨੂੰ ਫਾਲਤ ਨਹੀਂ ਲੱਗਿਆ ਹੋਣੀ ਹੋਇਆ ਹਨ ਤਾਂ ਤੁਸੀਂ ਚੰਗਾ ਝਾੜ ਲੈਣ ਲਈ ਖੇਤੀ ਨੂੰ ਚੰਗਾ ਲਾਹੇਵੰਦ ਧੰਦਾ ਸਾਫਤ ਕਰਨ ਦੇ ਲਈ ਤੁਸੀਂ ਸ੍ਰੀ ਰਾਮ ਪ੍ਰਾਈਵੇਟ ਸੀਡੀ ਦੀ ਜਿਹੜੀ ਬਜੇਤਾ ਸੱਬੀ ਹੈਗੀ ਉਹ ਬੀਚ ਸਕਦੇ ਹੋ ਜੇਕਰ ਤੁਸੀਂ ਇਸ ਵੈਰਾਈਟੀ ਨੂੰ ਕਣਕ ਵਾਲੇ ਬਾਹਣ ਚਲਾਉਣਾ ਚਾਹੋ ਹਨ ਤਾਂ ਤੁਸੀਂ ਕਣਕ ਵਾਲੇ ਬਾਹਣ ਚ ਵੀ ਲਾ ਸਕਦੇ ਹੋਗੇ ਤਾਂ ਜਿਹੜਾ ਤੁਸੀਂ ਜਿਹੜਾ ਨਮੈਟਿਕ ਪਲੈਂਟਰ ਹੁੰਦਾਗਾ ਹਨ ਜਿਹੜੇ ਅੱਜ ਕੱਲ ਬਹੁ ਕੰਪਨੀਆਂ ਦੇ ਆ ਰਹੇ ਨੇਗੇ ਤਾਂ ਤੁਸੀਂ ਉਹਦੇ ਨਾਲ ਇਹਨੂੰ ਬੀਜ ਸਕਦੇ ਹੋ ਪਰ ਕਣਕ ਵਾਲੇ ਦੇ ਵਿੱਚ ਤੁਹਾਨੂੰ ਕੀ ਹੈ ਵੀ ਥੋੜਾ ਜਿਹਾ ਦਾ ਗੈਪ ਵਧਾਉਣਾ ਪਊਗਾ ਇਹਦਾ 9 ਇੰਚ ਦੇ ਹੋ ਜੀ ਵੀ ਜਿਹੜੇ ਇਹਦੇ ਬੈੱਡ ਬਣਾਉਣੇ ਆਗੇ ਉਹਨਾਂ ਦੇ ਵਿੱਚ ਤੁਸੀਂ 9 ਇੰਚ ਦਾ ਜਿਹੜਾ ਡਿਫਰੈਂਸ ਆਗਾ ਉਹ ਰੱਖ ਲਿਓ ਤੇ ਜਿਹੜੀ ਇਹਦੀ ਬੀ ਦੀ ਮਾਤਰਾ ਉਹ 14 ਤੋਂ 16 ਕਿਲੋ ਜਾਂ ਕਿੰਨੀ ਠੀਕ ਹੈ ਬੀ ਦੀ ਮਾਤਰਾ 14 ਤੋਂ 16 ਕਿਲੋ ਤੇ ਥੋੜਾ ਥੋੜਾ ਆਪਾਂ ਕਹੀਏ ਵੀ ਇਹਦੇ ਵਿੱਚ 2-2 ਇੰਚ ਦਾ 3-3 ਜਾਂ ਜਿੰਨਾ ਵੀ ਹੁੰਦਾਗਾ ਉਹਨਾਂ ਨਾਲ ਤੁਸੀਂ ਉਹਨੂੰ ਗੈਪ ਰੱਖ ਕੇ ਬਿਜਾਈ ਕਰ ਸਕਦੇ ਹੋ ਜਗਰਾਉਂ ਦੇ ਕੋਲੇ ਰਾਲਾਂ ਦੇ ਕੋਠੇ ਨੇ ਆਹ ਵੀਰਾਂ ਨੂੰ ਤੁਸੀਂ ਕਦੋਂ ਵੀ ਮਿਲ ਸਕਦੇ ਹੋਗੇ ਇੱਥੇ ਆ ਕੇ ਬਾਈਆਂ ਦੇ ਨਾਮ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਆਪਾਂ ਨਾਨਕਸਰ ਕਲੇਰਾ ਆਉਂਦੇ ਰਹੇ ਨੇ ਆ ਉਹਦੇ ਬਿਲਕੁਲ ਕੋਲਿਆ ਵੀਰਾਂ ਨਾਲ ਕਦੋਂ ਮਰਜੀ ਸੰਪਰਕ ਕਰ ਲਿਓ ਬਾਕੀ ਜਿਹੜੇ ਵੀ ਕਿਸਾਨ ਵੀਰਾਂ ਨੇ ਇਹ ਵੀ ਖਰੀਦਣਾਗਾ ਜਾਂ ਤੁਸੀਂ ਆਨਲਾਈਨ ਲੈਣਾ ਤਾਂ ਉੱਪਰ ਕੰਪਨੀ ਦੀ ਵੈਬਸਾਈਟ ਦਾ ਲਿੰਕ ਵੀ ਮੈਂ ਦਿੱਤਾ ਪਿਆ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਤੇ ਉੱਪਰ ਕੰਪਨੀ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਵੀ ਦਿੱਤਾ ਪਿਆ ਕੰਪਨੀ ਦੇ ਜਿਹੜੇ ਨੁਮਾਇੰਦੇ ਨੇਗੇ ਉਹ ਤੁਹਾਡੇ ਖੇਤ ਵੀ ਵੇਸਟ ਕਰਨਗੇ ਤੇ ਬਾਰੀ-ਬਾਰੀ ਤੇ ਤੁਹਾਡੇ ਖੇਤਾਂ ਨੂੰ ਚੈੱਕ ਕਰਦੇ ਰਹਿਣਗੇ ਸੋ ਠੀਕ ਹੈ ਬਾਈ ਜੀ ਤੁਹਾਡਾ ਸਭ ਦਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਦਾ ਕੀਮਤੀ ਸਮਾਂ ਕੱਢਿਆ ਤਾਂ ਜੋ ਆਪਣੇ ਕਿਸਾਨ ਵੀਰਾਂ ਨੂੰ ਜੀ ਆਪਾਂ ਮੂੰਗੀ ਦੇ ਇਨੇ ਵਧੀਆ ਬੀਜ ਬਾਰੇ ਜਿਹੜੀ ਇਹ ਜਾਣਕਾਰੀ ਆ ਉਹ ਦੇ ਸਕੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈ ਵੀ ਸਾਡੇ ਕਿਸਾਨ ਵੀਰਾਂ ਨੂੰ ਕੀ ਹੁੰਦਾ ਬਾਈ ਜਿਵੇਂ ਆਪਾਂ ਨਾ ਕਣਕ ਬੀਜ ਦਿੰਦੇ ਆ ਤਾਂ ਉਹਨੂੰ ਵੀ ਆਪਾਂ ਦਵਾਈ ਜੀ ਲਾਉਣੇ ਆ ਹਨਾ ਉਹਦੇ ਵਿੱਚ ਕੀ ਹੁੰਦਾ ਬਹੁਤੇ ਕਿਸਾਨ ਘੌਲ ਕਰ ਜਾਂਦੇ ਆ ਪਰ ਕੰਪਨੀ ਦਾ ਮੈਨੂੰ ਸਭ ਤੋਂ ਵਧੀਆ ਤਰੀਕਾ ਲੱਗਿਆ ਜਿਹੜੇ ਬੀਜ ਨੂੰ ਸੀਡ ਟ੍ਰੀਟਮੈਂਟ ਹੋਇਆ ਹੋਊਗਾ ਉਹ ਬਹੁਤ ਸੋਹਣੀ ਗੱਲ ਆ ਕੰਪਨੀ ਦੀ ਇਸੇ ਕਰਕੇ ਜਿਹੜੀ ਕੰਪਨੀ ਦੀ ਵੈਰਾਈਟੀ ਆ ਗਈ ਇੰਨਾ ਸੋਹਣਾ ਝਾੜ ਦੇ ਰਹੀ ਆ ਤੇ ਭਰਾਵੋ ਜੇਕਰ ਵੀਡੀਓ ਵਧੀਆ ਲੱਗੀ ਤੈਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਮਿਹਰਬਾਨੀ ਥੈਂਕ ਯੂ ਲਵ ਯੂ